ਰਾਇਲ ਪਲੈਟੀਨਮ ਡੀਲਰ ਹੁਸ਼ਿਆਰਪੁਰ ਆਟੋਮੋਬਾਈਲਸ ਦੇ ਸਿੰਗੜੀਵਾਲਾ ਸਥਿਤ ਸ਼ੋਰੂਮ ਵਿੱਚ ਅੱਜ ਨਵੀਂ ਸਵਿਫਟ ਕਾਰ ਦੀ ਝੁੰਡ ਚੁਕਾਈ ਸ੍ਰੀ ਸਾਹਿਲ ਸਾਂਪਲਾ ਪ੍ਰਧਾਨ ਯੁਵਾ ਮੋਰਚਾ ਭਾਜਪਾ ਵੱਲੋਂ ਕੀਤੀ ਗਈ। ਇਸ ਮੌਕੇ 'ਤੇ ਕੰਪਨੀ ਦੇ MD ਸਰਦਾਰ ਅਜਵਿੰਦਰ ਸਿੰਘ ਅਤੇ CEO ਗੁਰਪ੍ਰੀਤ ਸਿੰਘ ਨੇ ਹਾਜ਼ਰ ਗ੍ਰਾਹਕਾਂ ਨੂੰ ਨਵੀਂ ਸਵਿਫਟ ਕਾਰ ਦੀਆਂ ਬਖੂਬੀਆਂ ਬਾਰੇ ਜਾਣਕਾਰੀ ਦਿੱਤੀ। ਵਿਸ਼ੇਸ਼ ਰਿਪੋਰਟ ਹੁਸ਼ਿਆਰਪੁਰ ਨਿਊਜ਼। ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਈ ਸਿਆਇ ਰੰਗਤ ਗੁਰਤੇ ਅਮਰਦਾਸ ਸਵਾਮੀ ਦਾਸਿਆ ਹੋਏ ਸਾਹਿਬ ਹਰ ਜਨ ਹਰ ਭਗਵਿੰਦ ਨੂੰ ਸਿੱਖੋ ਸ੍ਰੀ ਹਰਿਰਾਜ ਸ੍ਰੀ ਰਮਿਸ਼ਨ ਧਿਆਈ ਅੱਜ ਸਿੱਖੇ ਸੰਤ ਬਜਾਏ ਗੁਰੂ ਤੇਗ ਬਹਾਦਰ ਸਾਹਿਬ ਸਿੰਘ ਜੀ ਕਰ ਨਾਉਣ ਅਤੇ ਬਧਾਈ ਸਭ ਭਾਈ ਉਸੇ ਦਸਵੇਂ ਪਾਤਸ਼ਾਹ ਸਤਿ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਨੇ ਸੰਗਤ ਜੀ ਨੇ 40 ਮੁਕਤੇ ਹੱਟੀਆਂ ਜੱਪੀਆਂ ਤੱਕ ਮੇਰਾ ਨਾਮ ਜਪਿਆ ਵੰਡ ਦਿੱਤਾ ਦੇਖ ਕਮਾਈ ਦੇ ਹੋਏ ਦੇਖ ਕੇ ਅੰਡਟ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਰਦੇ ਅੰਤਰ ਤੇ ਬੋਲੋ ਜੀ ਵਾਹਿਗੁਰੂ ਜਾਂ ਤਖਤ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚਿੱਤਿਆਵਨ ਦਾ ਸਦਕਾ ਸਭ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਾਂ ਤਾਂ ਰਸ਼ਿਆਰਾ ਦੇਖ ਦੇਖ ਫਤਿਹ ਬਿਰਚ ਗੁਰੂ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਦੇ ਬੋਲ ਬੜੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਪਹੁੰਚੋ ਦਿੱਤੀ ਦਾਨ ਕੇਸ ਦਾਨ ਦਾਨ ਚੌਕੀਆਂ ਝੰਡੇ ਹੋ ਗਏ ਜੁਗੋ ਜੁਗ ਟਲ ਧਰਮ ਕਾ ਜੈ ਕਰ ਬੋਲਣਾ ਜੀ ਵਾਹਿਗੁਰੂ ਹੇ ਅਕਾਲ ਪੁਰਖ ਅੰਤਰ ਜਾਮੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਦਸੋ ਪਾਤਸ਼ਾਹੀ ਦਸਰੂਪ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਲੱਭਦਾ। ਚਾਲਕ ਔਰ 99,000 5,00,000 ਔਰ 99,000 ਜੇ ਡੀਜ਼ਲ ਔਰ 4,00,000 99,000 ਜੇ ਪੈਟਰੋਲ ਮਾਡਲ ਲਾਂਚ ਕੀਤਾ ਹੈ ਸਵਿਫਟ ਦਾ ਮਾਰੂਤੀ ਸੁਜ਼ੂਕੀ ਨੇ ਔਰ ਵੰਸ ਅਗੇਨ ਮਾਰੂਤੀ ਨੇ ਆਪਣੇ ਆਪ ਨੂੰ ਪ੍ਰੂਵ ਕੀਤਾ ਹੈ ਵਿਦ ਪਰਫੋਰਮੈਂਸ ਪ੍ਰਾਈਸ ਐਂਡ ਸੂਨ ਵੀ ਵਿਲ ਸੀ ਦ ਡਿਜ਼ਾਈਨ ਐਂਡ ਫੀਚਰਸ ਗਿਵਨ ਬਾਏ ਮਾਰੂਤੀ। ਸੋ ਆਈ ਰਿਕੁਐਸਟ ਸਾਹਿਲ ਜੀ
ਉਦਘਾਟਨ ਕੀਤਾ, ਤੁਸੀਂ ਕੀ ਇਸ ਚੀਜ਼ ਮਹਿਸੂਸ ਕੀਤਾ? ਅੱਜ ਸਾਡੇ ਸ਼ਹਿਰ ਹੁਸ਼ਿਆਰਪੁਰ ਵਿਖੇ ਹੁਸ਼ਿਆਰਪੁਰ ਆਟੋਮੋਬਾਈਲ ਦੇ ਵਿੱਚ ਜੋ ਨਵੀਂ ਸਵਿਫਟ ਗੱਡੀ ਜਿਹੜੀ ਆ ਮਰੂਤੀ ਵੱਲੋਂ ਉਹਦਾ ਅੱਜ ਲਾਂਚ ਸੀ। ਸਾਨੂੰ ਬਹੁਤ ਬਹੁਤ ਪਹਿਲਾਂ ਤੋਂ ਹੁਸ਼ਿਆਰਪੁਰ ਆਟੋਮੋਬਾਈਲ ਨੂੰ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ ਕਿ ਉਹਨੇ ਮੈਨੂੰ ਇਹ ਮੌਕਾ ਦਿੱਤਾ ਕਿ ਇਸ ਗੱਡੀ ਦੀ ਲਾਂਚਿੰਗ ਦਾ ਮੌਕਾ ਦਿੱਤਾ। ਗੱਡੀ ਲਾਂਚ ਕੀਤੀ, ਗੱਡੀ ਬਹੁਤ ਅੱਛੀ ਜਿਹੜੀ ਗੱਡੀ ਸੀ ਔਰ ਇਹਦੇ ਇੰਟੀਰੀਅਰਸ ਅਤੇ ਐਕਸਟੀਰੀਅਰਸ 'ਤੇ ਬਹੁਤ ਅੱਛਾ ਵਰਕ ਕੀਤਾ ਗਿਆ ਕੰਪਨੀ ਵੱਲੋਂ ਔਰ ਬਹੁਤ ਸੋਹਣੇ ਤਰੀਕੇ ਨਾਲ ਗੱਡੀ ਨੂੰ ਡਿਜ਼ਾਈਨ ਕੀਤਾ ਗਿਆ ਔਰ ਇਹਦੀ ਪਰਫੋਰਮੈਂਸ 'ਤੇ ਔਰ ਹੋਰ ਵੀ ਵੱਖ ਵੱਖ ਚੀਜ਼ਾਂ 'ਤੇ ਕਾਫੀ ਮਿਹਨਤ ਕੀਤੀ ਗਈ ਹੈ। ਸੋ ਗੱਡੀ ਬਹੁਤ ਹੀ ਅੱਛੀ ਸੀ, ਮੈਂ ਆਸ਼ਾ ਕਰਦਾ ਕਿ ਲੋਕਾਂ ਨੂੰ ਇਹ ਗੱਡੀ ਪਸੰਦ ਆਊਗੀ ਔਰ ਮੈਂ ਆਸ਼ਾ ਕਰਦਾ ਕਿ ਹੁਸ਼ਿਆਰਪੁਰ ਆਟੋਮੋਬਾਈਲ ਦੇ ਵਿੱਚ ਇਸ ਗੱਡੀ ਦੀ ਹੋਰ ਜ਼ਿਆਦਾ ਤੋਂ ਜ਼ਿਆਦਾ ਸੇਲ ਹੋਵੇ ਔਰ ਹੁਸ਼ਿਆਰਪੁਰ ਆਟੋਮੋਬਾਈਲ ਨੂੰ ਰਜਵਿੰਦਰ ਸਿੰਘ ਜੀ ਨੂੰ ਮੈਂ ਬਹੁਤ ਬਹੁਤ ਵਧਾਈਆਂ ਦੂੰਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮਾਰੂਤੀ ਸੁਜ਼ੂਕੀ ਦੀ ਨਵੀਂ ਸਵਿਫਟ ਲਾਂਚ ਹੋਈ ਹੈ ਆਲ ਇੰਡੀਆ ਲੈਵਲ 'ਤੇ ਔਰ ਅਸੀਂ ਹੁਸ਼ਿਆਰਪੁਰ ਆਟੋਮੋਬਾਈਲ 'ਤੇ ਅੱਜ ਮਾਰੂਤੀ ਸੁਜ਼ੂਕੀ ਨਵੀਂ ਸਵਿਫਟ ਜੋ ਲਾਂਚ ਹੋਈ ਹੈ ਕੰਪਨੀ ਵੱਲੋਂ ਘੁੰਡ ਚੁਕਾਈ ਕੀਤੀ ਹੈ ਗੱਡੀ ਦੀ। ਇਹ ਗੱਡੀ ਪੈਟਰੋਲ ਔਰ ਡੀਜ਼ਲ ਦੋਨੋਂ ਵਰਜ਼ਨਸ ਦੇ ਵਿੱਚ ਅਵੇਲੇਬਲ ਹੈਗੀ ਹੈ। ਦ ਮੋਸਟ ਟਰਸਟਡ DDIS ਇੰਜਨ 1300 cc ਦਾ ਡੀਜ਼ਲ ਦੇ ਵਿੱਚ ਟਰਬੋ ਚਾਰਜ ਇੰਜਨ ਮਾਰੂਤੀ ਨੇ ਇਹਦੇ ਵਿੱਚ ਵੀ ਦਿੱਤਾ ਹੈ ਗੱਡੀ 'ਤੇ। 28.4 ਦੀ ਜੋ ਐਵਰੇਜ ਕੰਪਨੀ ਕਲੇਮ ਕਰ ਰਹੀ ਹੈ ਇਸ ਗੱਡੀ ਦੀ 28.4 ਦੀ ਮਾਈਲੇਜ ਔਰ ਬਹੁਤ ਹੀ ਸੋਹਣੇ ਇੰਟਰੋਡਕਟਰੀ ਪ੍ਰਾਈਸ 'ਤੇ ਗੱਡੀ ਲਾਂਚ ਕੀਤੀ ਹੈ। ਪੈਟਰੋਲ ਵਰਜ਼ਨ ਜੋ 4,99,206 ਰੁਪਏ ਤੋਂ ਸਟਾਰਟ ਹੋ ਜਾਂਦਾ ਔਰ ਡੀਜ਼ਲ ਵਰਜ਼ਨ 5,99,209 ਰੁਪਏ ਤੋਂ ਸਟਾਰਟ ਹੋ ਜਾਂਦਾ ਹੈਗਾ ਇਸ ਗੱਡੀ ਦਾ। ਬਹੁਤ ਨਵੇਂ ਫੀਚਰਸ ਇਸ ਗੱਡੀ ਦੇ ਵਿੱਚ ਆਏ ਹੈ। ਟੱਚ ਸਕਰੀਨ ਇਨਫੋਰਮੇਟਿਵ ਸਿਸਟਮ ਇਹਦੇ ਵਿੱਚ ਆਇਆ, ਇਨਬਿਲਟ ਨੈਵੀਗੇਸ਼ਨ, ਐਪਲ ਕਾਰਪਲੇ ਐਂਡ ਐਂਡਰੋਇਡ ਕਾਰਪਲੇ ਇਹਦੇ ਵਿੱਚ ਦਿੱਤਾ ਹੈਗਾ ਆ। ਉਹਦੇ ਨਾਲ ਨਾਲ ਇਹਦੇ 'ਚ ਡੇ ਲਾਈਟ ਰਨਿੰਗ LEDs ਕੰਪਨੀ ਨੇ ਪ੍ਰੋਵਾਈਡ ਦਿੱਤੀਆਂ ਹੈਗੀਆਂ। ਆਟੋ ਹੈਡਲੈਂਪ ਦਾ ਪ੍ਰੋਵੀਜ਼ਨ ਇਹਦੇ ਵਿੱਚ ਦਿੱਤਾ ਹੈਗਾ ਆ। ਈਵਨ ਜੋ ਇੰਟੀਰੀਅਰ ਹੈਗਾ ਕੰਪਨੀ ਦਾ ਗੱਡੀ ਦਾ ਉਹ ਸਾਰਾ ਕੰਪਨੀ ਨੇ ਡਰਾਈਵਰ ਓਰੀਐਂਟਡ ਰੱਖਦੇ ਹੋਏ 5 degrees ਤੱਕ ਟਿਲਟ ਕੀਤਾ ਹੈਗਾ ਡਰਾਈਵਰ ਵਾਰ ਨੂੰ, ਜੋ ਕਿ ਈਵਨ ਐਡ ਔਨ ਟੂ ਕੰਫਰਟ ਟੂ ਦਾ ਕਸਟਮਰ। ਉਹਦੇ ਨਾਲ ਬਕਟ ਸੀਟਸ ਦਿੱਤੀਆਂ ਹੈ ਫੋਰ ਬੈਟਰ ਕੁਆਲਿਟੀ ਐਂਡ ਬੈਟਰ ਰਾਈਡ ਕੰਫਰਟ। ਇਹਦੇ ਨਾਲ ਨਾਲ ਕੰਪਨੀ ਨੇ ਡਾਇਮੰਡ ਕੱਟ ਅਲੋਏ ਵੀਲਸ ਔਰ ਬੈਟਰ ਬੂਟ ਸਪੇਸ ਇਸ ਗੱਡੀ ਨੂੰ ਦਿੱਤੀ ਹੈਗੀ। ਓਵਰਆਲ ਇੱਕ ਬਹੁਤ ਹੀ ਸ਼ਾਨਦਾਰ ਪ੍ਰੋਡਕਟ ਕੰਪਨੀ ਨੇ ਕੱਢਿਆ ਔਰ 2005 ਤੋਂ ਇਹ ਗੱਡੀ ਜਲਦੀ ਲਾਂਚ ਹੋਈ ਹੈ। ਇੱਕ ਬਹੁਤ ਹੀ ਕਾਮਯਾਬ ਗੱਡੀ ਸਾਬਤ ਹੋਈ ਹੈ ਔਰ ਕਸਟਮਰਸ ਦਾ ਵਿਸ਼ਵਾਸ ਇਸ ਗੱਡੀ ਨੇ ਜਿੱਤਿਆ ਔਰ ਵੀ ਆਰ ਵੈਰੀ ਕੌਨਫੀਡੈਂਟ ਕਿ ਇਹ ਗੱਡੀ ਅੱਗੇ ਵੀ ਕਸਟਮਰਸ ਨੂੰ ਇਸੇ ਤਰੀਕੇ ਨਾਲ ਇੰਪ੍ਰੈਸ ਕਰਦੀ ਰਹੇਗੀ ਔਰ ਉਹਨਾਂ ਦਾ ਟਰੱਸਟ ਜੋ ਹੈ ਉਹ ਜਿੱਤਦੀ ਰਹੇਗੀ। ਇਹ ਪ੍ਰਾਈਜ਼ ਕੀ ਨਿਕਲੇ? ਇਹ ਪੈਟਰੋਲ ਦੀ ਸਟਾਰਟਿੰਗ ਹੈ ਜੀ 4,99,206 ਰੁਪਏ ਤੋਂ, ਡੀਜ਼ਲ ਵਰਜ਼ਨ ਜੋ ਸਟਾਰਟ ਹੋ ਜਾਂਦਾ ਹੈਗਾ ਆ 5,99,000। ਜਿਹੜੀ ਪਹਿਲੀ ਤੁਹਾਡੀ ਸਵਿਫਟ ਸੀ ਉਹਦੇ ਨਾਲੋਂ ਐਵਰੇਜ ਕਿੰਨਾ ਫਰਕ ਹੋਊਗਾ? ਇਹਦੀ ਐਵਰੇਜ 'ਚ ਕਾਫੀ ਫਰਕ ਹੈ ਜੀ। ਪਹਿਲੀ ਸਵਿਫਟ 26 ਦੀ ਐਵਰੇਜ ਕਰਦੀ ਸੀ, 28.4 ਦੀ ਇਹਦੀ ਕੰਪਨੀ ਨੇ ਐਵਰੇਜ ਡੀਜ਼ਲ ਦੇ ਵਿੱਚ ਔਰ 22 ਕਿਲੋਮੀਟਰ ਦੀ ਐਵਰੇਜ ਪੈਟਰੋਲ ਦੇ ਵਿੱਚ ਕਲੇਮ ਕੀਤੀ ਹੈ। ਅਸੀਂ ਕਿੰਨੇ ਕਸਟਮਰ ਨੇ ਇਹਨਾਂ ਨੂੰ ਖਰੀਦਿਆ? ਜਿਹੜੀ ਡਿਲੀਵਰੀਜ਼ ਹੈ ਉਹ ਕੱਲ੍ਹ ਤੋਂ ਸਟਾਰਟ ਹੋਣਗੀਆਂ ਜੀ, ਪਰ ਸਾਡੇ ਕੋਲ ਬੁਕਿੰਗ ਬਹੁਤ ਜ਼ਿਆਦਾ ਆ ਗਈਆਂ, ਅਬੰਡੈਂਸ 'ਚ ਬੁਕਿੰਗ ਆ ਗਈਆਂ। ਲੱਕੀਲੀ ਇਹਦੀ ਸਪਲਾਈ ਵੀ ਮਾਰੂਤੀ ਵੱਲੋਂ ਬਹੁਤ ਜ਼ਿਆਦਾ ਅਬੰਡੈਂਸ 'ਚ ਹੈ ਜੀ।